ਸਤਿ ਸ਼੍ਰੀ ਅਕਾਲ ਜੀ, ਟੀਵੀ ਐਨਆਰਆਈ ਸਪੋਰਟਸ ਤੇ ਤੁਹਾਡਾ ਸਵਾਗਤ ਹੈ। 31 ਜਨਵਰੀ ਨੂੰ ਹੋਏ ਕਬੱਡੀ ਕੱਪਾਂ ਦੇ ਰਿਜ਼ਲਟ ਦਾ ਵੇਰਵਾ ਕੁਝ ਇਸ ਤਰੀਕੇ ਦੇ ਨਾਲ ਹੈ। ਪਿੰਡ ਥਰਾਜ ਵਿੱਚ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ। 3 ਖਿਡਾਰੀ ਬਾਹਰੋਂ ਦੀ ਖੇਡ ਸਕਦੇ ਸੀ। ਫਾਈਨਲ ਮੁਕਾਬਲਾ ਦਿਲਬਾ ਮੰਡੀ ਤੇ ਭਲੂੜ ਦੀਆਂ ਟੀਮਾਂ ਦੇ ਵਿਚਕਾਰ ਹੋਇਆ, ਜਿਸ ਦੇ ਵਿੱਚ ਦਿਲਬਾ ਮੰਡੀ ਦੀ ਟੀਮ ਨੇ 12.5 ਅੰਕਾਂ ਦੇ ਮੁਕਾਬਲੇ ਭਲੂੜ ਦੀ ਟੀਮ ਨੂੰ 10 ਅੰਕਾਂ ਨਾਲ ਹਰਾ ਕੇ ਥਰਾਜ ਦੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਪਹਿਲੇ ਨੰਬਰ ਤੇ ਆਈ ਦਿਲਬਾ ਦੀ ਟੀਮ ਨੂੰ 72,000 ਰੁਪਿਆਂ ਦਾ ਇਨਾਮ ਤੇ ਦੂਜੇ ਨੰਬਰ ਤੇ ਆਈ ਭਲੂੜ ਦੀ ਟੀਮ ਨੂੰ 51,000 ਰੁਪਿਆਂ ਦਾ ਇਨਾਮ ਦਿੱਤਾ ਗਿਆ। ਭਲੂੜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਗੋਪੀ ਸੰਤ ਨਗਰ ਅਤੇ ਬੈਸਟ ਜਾਫੀ ਨੰਨਾ ਕੋਚ ਤੇ ਗੁਰਮਤਾ ਦਿਲਬਾ ਟੀਮ ਦੀ ਸਹਿਮਤੀ ਦੇ ਨਾਲ ਜੁਆਇੰਟ ਰਹੇ। ਬੈਸਟ ਰੇਡਰ ਤੇ ਜਾਫੀ ਨੂੰ 15,000 ਰੁਪਏ ਦੇ ਨਾਲ ਸਨਮਾਨਿਤ ਕੀਤਾ ਗਿਆ। ਪਿੰਡ ਜੱਕੋਪੁਰ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਕਰਵਾਏ ਗਏ ਸੀ। ਫਾਈਨਲ ਮੁਕਾਬਲਾ ਐਨਆਰਆਈ ਨਕੋਦਰ ਪੰਡਾਲ ਦੋਨਾ ਕਲੱਬ ਤੇ ਸ਼ਾਹਕੋਟ ਲਾਈਨ ਦੀਆਂ ਟੀਮਾਂ ਦੇ ਵਿਚਕਾਰ ਹੋਇਆ। ਇਹ ਮੁਕਾਬਲਾ ਬਹੁਤ ਹੀ ਫਸਵਾਂ ਰਿਹਾ। ਆਖਰੀ ਸਮੇਂ ਤੇ ਐਨਆਰਆਈ ਨਕੋਦਰ ਕਲੱਬ ਨੇ 36.5 ਅੰਕਾਂ ਦੇ ਮੁਕਾਬਲੇ ਦੇ ਨਾਲ ਸ਼ਾਹਕੋਟ ਲਾਈਨ ਦੀ ਟੀਮ ਨੂੰ 36 ਅੰਕਾਂ ਦੇ ਨਾਲ ਹਰਾ ਕੇ ਜੱਕੋਪੁਰ ਕਬੱਡੀ ਕੱਪ ਤੇ ਕਬਜ਼ਾ ਕੀਤਾ। ਪਹਿਲੇ ਨੰਬਰ ਤੇ ਆਈ ਨਕੋਦਰ ਦੀ ਟੀਮ ਨੂੰ 2,50,000 ਰੁਪਿਆਂ ਦਾ ਇਨਾਮ ਤੇ ਦੂਜੇ ਨੰਬਰ ਤੇ ਆਈ ਟੀਮ ਸ਼ਾਹਕੋਟ ਲਾਈਨ ਨੂੰ 2,00,000 ਰੁਪਿਆਂ ਦਾ ਇਨਾਮ ਦਿੱਤਾ ਗਿਆ। ਜੱਕੋਪੁਰ ਕਬੱਡੀ ਕੱਪ ਦਾ ਬੈਸਟ ਰੇਡਰ ਮੰਨਾਬਾਲ 9 ਰਿਹਾ ਅਤੇ ਉੱਥੇ ਹੀ ਬੈਸਟ ਜਾਫੀ ਦੀ ਗੱਲ ਕੀਤੀ ਜਾਵੇ ਤਾਂ ਇਸ ਕਬੱਡੀ ਕੱਪ ਦਾ ਬੈਸਟ ਜਾਫੀ ਜੱਗਾ ਚਿੱਟੀ ਰਿਹਾ। ਜੱਕੋਪੁਰ ਕਬੱਡੀ ਕੱਪ ਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਸੋ ਇਹ ਸਨ 31 ਜਨਵਰੀ ਨੂੰ ਹੋਏ ਕਬੱਡੀ ਕੱਪਾਂ ਦੇ ਰਿਜ਼ਲਟ। ਇਸੇ ਤਰ੍ਹਾਂ ਤੁਸੀਂ ਟੀਵੀ ਐਨਆਰਆਈ ਸਪੋਰਟਸ ਤੋਂ ਕਬੱਡੀ ਜਗਤ ਦੇ ਨਾਲ ਜੁੜੀਆਂ ਹੋਰ ਵੀ ਜਾਣਕਾਰੀਆਂ ਲੈ ਸਕਦੇ ਹੋ। ਟੀਵੀ ਐਨਆਰਆਈ ਸਪੋਰਟਸ ਦੇ ਲਈ ਪਰਮਜੀਤ ਪੰਮਾ ਦੀ ਰਿਪੋਰਟ।